ਬਾਈਕਾਟ ਚੇਤਾਵਨੀ ਬਾਈਕਾਟ ਪਿਛਲੇ 74 ਸਾਲਾਂ ਤੋਂ ਆਮ ਲੋਕਾਂ ਦਾ ਖੂਨ ਚੂਸ ਰਹੇ ਤੇ ਪੰਜਾਬ ਨੂੰ ਕਰਜ਼ਾਈ ਕਰ ਪੰਜ-ਪੰਜ ਪੈਨਸ਼ਨਾਂ ਲੈਣ ਵਾਲੇ ਸਿਆਸੀ ਲੀਡਰਾਂ ਨਾਲ ਹੀ ਇੱਕ ਹੋਰ ਸ਼ਬਦ ਲਿਖਿਆ ਕਿ ਸਿਆਸੀ ਲੀਡਰਾਂ ਤੇ ਆਵਾਰਾ ਪਸ਼ੂਆਂ ਦਾ ਪਿੰਡ ਵਿੱਚ ਆਉਣਾ ਸਖਤ ਮਨਾ ਹੈ ਜ਼ਰੂਰੀ ਨੋਟ ਜੇਕਰ ਕੋਈ ਵੀ ਵਿਅਕਤੀ ਕਿਸੇ ਵੀ ਸਿਆਸੀ ਲੀਡਰ ਨੂੰ ਘਰੇ ਬੁਲਾਉਂਦਾ ਹੈ ਤਾਂ ਪਿੰਡ ਵੱਲੋਂ ਬਾਈਕਾਟ ਕੀਤਾ ਜਾਊਗਾ ਸਸੇਕਾਲ ਜੀ ਤੁਸੀਂ ਦੇਖ ਰਹੇ ਹੋ ਲੋਕ ਅਵਾਜ਼ ਟੀਵੀ ਤੇ ਮੈਂ ਮਨਿੰਦਰ ਜੀ ਸਿੱਧੂ ਦੋਸਤੋ 2022 ਦੀਆਂ ਚੋਣਾਂ ਨੂੰ ਲੈ ਕੇ ਬੇਸ਼ੱਕ ਸਾਰੀਆਂ ਪਾਰਟੀਆਂ ਚੋਣ ਮੈਦਾਨ ਦੇ ਵਿੱਚ ਉਤਰ ਚੁੱਕੀਆਂ ਪਰ ਇਹਨਾਂ ਪਾਰਟੀਆਂ ਪੋਲੀਟੀਕਲ ਪਾਰਟੀਆਂ ਦੇ ਜਿਹੜਾ ਲੋਕਾਂ ਦਾ ਇਹਨਾਂ ਉੱਪਰ ਗੁੱਸਾ ਹੈ ਉਹ ਵੀ ਮੈਦਾਨ ਦੇ ਵਿੱਚ ਉਤਰ ਚੁੱਕਿਆ ਹੈ ਲੋਕਾਂ ਵੱਲੋਂ ਜਿੱਥੇ ਵੀ ਲੀਡਰ ਜਾਂਦੇ ਆ ਚਾਹੇ ਉਹ ਕਿਸੇ ਵੀ ਪਾਰਟੀ ਦੇ ਹੋਣ ਉਹਨਾਂ ਦਾ ਘੇਰ ਕੇ ਵਿਰੋਧ ਕੀਤਾ ਜਾਂਦਾ ਹੈ ਸੰਯੁਕਤ ਕਿਸਾਨ ਮੋਰਚੇ ਨੇ ਬੇਸ਼ੱਕ ਕਿਹਾ ਕਿ ਬੀਜੇਪੀ ਤੋਂ ਇਲਾਵਾ ਹੋਰ ਪਾਰਟੀ ਦਾ ਵਿਰੋਧ ਨਹੀਂ ਕਰਨਾ ਪਰ ਕਿਸਾਨ ਜਥੇਬੰਦੀਆਂ ਜੋ ਜ਼ਮੀਨੀ ਲੈਵਲ ਤੇ ਆ ਜੋ ਕਿਸਾਨ ਪਿੰਡਾਂ ਚ ਬੈਠੇ ਆ ਉਹਨਾਂ ਦੇ ਮਨ ਵਿੱਚ ਜੋ ਇਨ੍ਹਾਂ ਪਾਰਟੀਆਂ ਪ੍ਰਤੀ ਗੁੱਸਾ ਹੈ ਉਹ ਕਾਬੂ ਵਿੱਚ ਨਹੀਂ ਆ ਰਿਹਾ ਜਿਸ ਦੇ ਚਲਦਿਆਂ ਪਿੰਡ ਦਬੜੀਖਾਨਾ ਫਰੀਦਕੋਟ ਜ਼ਿਲ੍ਹਾ ਦੇ ਪਿੰਡ ਦਬੜੀਖਾਨਾ ਵਿੱਚ ਇੱਕ ਬੋਰਡ ਦਿਖਾਉਣਾ ਤੁਹਾਨੂੰ ਸਾਹਮਣੇ ਤਸਵੀਰਾਂ ਦਿਖਾਉਣਾ ਹੈ ਬੋਰਡ ਦੇ ਉੱਪਰ ਲਿਖਿਆ ਗਿਆ ਬਾਈਕਾਟ ਚੇਤਾਵਨੀ ਬਾਈਕਾਟ ਪਿਛਲੇ 74 ਸਾਲਾਂ ਤੋਂ ਆਮ ਲੋਕਾਂ ਦਾ ਖੂਨ ਚੂਸ ਰਹੇ ਤੇ ਪੰਜਾਬ ਨੂੰ ਕਰਜ਼ਾਈ ਕਰ ਪੰਜ-ਪੰਜ ਪੈਨਸ਼ਨਾਂ ਲੈਣ ਵਾਲੇ ਸਿਆਸੀ ਲੀਡਰਾਂ ਨਾਲ ਹੀ ਇੱਕ ਹੋਰ ਸ਼ਬਦ ਲਿਖਿਆ ਕਿ ਸਿਆਸੀ ਲੀਡਰਾਂ ਤੇ ਆਵਾਰਾ ਪਸ਼ੂਆਂ ਦਾ ਪਿੰਡ ਵਿੱਚ ਆਉਣਾ ਸਖਤ ਮਨਾ ਹੈ ਜ਼ਰੂਰੀ ਨੋਟ ਉਦੋਂ ਬਾਅਦ ਥੱਲੇ ਪੜੋ ਇਹ ਚੇਤਾਵਨੀ ਲਿਖਣ ਤੋਂ ਬਾਅਦ ਇੱਕ ਹੋਰ ਲਾਲ ਅੱਖਰਾਂ ਦੇ ਵਿੱਚ ਚੇਤਾਵਨੀ ਲਿਖੀ ਆ ਕਿ ਜ਼ਰੂਰੀ ਨੋਟ ਜੇਕਰ ਕੋਈ ਵੀ ਵਿਅਕਤੀ ਕਿਸੇ ਵੀ ਸਿਆਸੀ ਲੀਡਰ ਨੂੰ ਘਰੇ ਬੁਲਾਉਂਦਾ ਹੈ ਤਾਂ ਪਿੰਡ ਵੱਲੋਂ ਬਾਈਕਾਟ ਕੀਤਾ ਜਾਊਗਾ ਇੱਥੋਂ ਤੱਕ ਗੁੱਸਾ ਆ ਗਿਆ ਆਮ ਤੌਰ ਤੇ ਅਸੀਂ ਦੇਖਦੇ ਆ ਕਿ ਕੋਈ ਵਿਅਕਤੀ ਆਪਣੇ ਘਰੇ ਲੀਡਰ ਨੂੰ ਬੁਲਾ ਲੈਂਦਾ ਵੋਟਾਂ ਦੇ ਨੇੜੇ ਆਪਣੇ ਨੰਬਰ ਬਣਾਉਣ ਲਈ ਲੋਕਾਂ ਦੇ ਵਿੱਚ ਪ੍ਰਭਾਵ ਲੈ ਕੇ ਜਾਣ ਲਈ ਕਿ ਸਾਡੀ ਇਹਦੇ ਨਾਲ ਕਰੀਬੀ ਆ ਪਰ ਪਿੰਡ ਵਾਸੀਆਂ ਜਾਨਕਿ ਕਿਸਾਨਾਂ ਵੱਲੋਂ ਇਹ ਕਹਿ ਦਿੱਤਾ ਗਿਆ ਕਿ ਜਿਹੜੇ ਸਾਨੂੰ 74 ਸਾਲਾਂ ਤੋਂ ਚੂਸ ਰਹੇ ਐ ਸਾਡਾ ਖੂਨ ਚੂਸ ਰਹੇ ਐ ਉਹਨਾਂ ਦੇ ਨਾਲ ਜਿਹੜਾ ਸਬੰਧ ਰੱਖੂਗਾ ਫਿਰ ਸਾਡਾ ਉਹਦੇ ਨਾਲ ਕੋਈ ਸਬੰਧ ਨਹੀਂ ਉਸ ਤੋਂ ਅੱਗੇ ਵੀ ਲਿਖਿਆ ਇੱਕ ਗੱਲ ਕਿ ਜੇਕਰ ਕੋਈ ਵੀ ਸਿਆਸੀ ਲੀਡਰ ਪਿੰਡ ਵਿੱਚ ਆਉਂਦਾ ਹੈ ਤਾਂ ਆਪਣੇ ਨੁਕਸਾਨ ਦਾ ਖੁਦ ਜ਼ਿੰਮੇਵਾਰ ਹੋਵੇਗਾ ਜਿਵੇਂ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੁੰਦੀ ਹੈ ਤਾਂ ਲੀਡਰ ਜਿਹੜਾ ਹੁਣ ਪਿੰਡਾਂ ਚ ਆਊਗਾ ਉਹ ਵੀ ਆਪਣਾ ਜ਼ਿੰਮੇਵਾਰ ਖੁਦ ਹੋਵੇਗਾ ਤਿੰਨੇ ਜਥੇਬੰਦੀਆਂ ਦੇ ਨਾਮ ਲਿਖੇ ਗਏ ਆ ਜਿਵੇਂ ਸੰਯੁਕਤ ਮੋਰਚੇ ਦੇ ਵਿੱਚ ਜਥੇਬੰਦੀਆਂ ਇਕੱਠੀਆਂ ਹੈ ਕਈ ਕਹਿੰਦੇ ਕਿ ਪਿੰਡਾਂ ਦੇ ਵਿੱਚ ਇਹ ਨਹੀਂ ਹੈ ਤਾਂ ਇੱਥੇ ਸਪਸ਼ਟ ਦਿਖਾਈ ਦਿੰਦਾ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਦਕਾਉਂਦਾ ਭਾਰਤੀ ਕਿਸਾਨ ਯੂਨੀਅਨ ਕਿਰਤੀ ਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਤਿੰਨੇ ਜਥੇਬੰਦੀਆਂ ਜੋ ਕਿ ਅਲੱਗ-ਅਲੱਗ ਪਿੰਡਾਂ ਵਿੱਚ ਇਕਾਈਆਂ ਹੁੰਦੀਆਂ ਤਾਂ ਇੱਥੇ ਇਕੱਠੇ ਹੋ ਕੇ ਬੋਰਡ ਲਗਾਇਆ ਉੱਪਰ ਝੰਡੇ ਐ ਪਿੰਡ ਵਾਸੀ ਆ ਗੱਲਬਾਤ ਕਰਦੇ ਆ ਇਹਨਾਂ ਨਾਲ ਕਿ ਕਿਉਂ ਲੱਗਿਆ ਕਿ ਬੋਰਡ ਲਗਾਉਣੇ ਆ ਕਿਵੇਂ ਵਿਰੋਧ ਕਰਨਗੇ ਕਿਉਂ ਜਿਵੇਂ ਇੱਕ ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਕਿ ਬਾਕੀ ਲੀਡਰਾਂ ਨੂੰ ਸਿਰਫ ਸਵਾਲ ਕਰਨੇ ਆ ਤੁਸੀਂ ਵਰਣ ਤੋਂ ਮਨਾ ਕਰ ਰਹੇ ਹੋ ਇਹ ਸਭ ਤੇ ਗੱਲਬਾਤ ਕਰਦੇ ਆ ਕਿਉਂ ਬੋਰਡ ਲਗਾਇਆ ਹੈ ਜੀ ਵੈਸੇ ਵੀ ਵਿਰੋਧ ਕੀਤਾ ਜਾ ਸਕਦਾ ਹੈ ਵੈਸੇ ਵੀ ਕਿਹਾ ਜਾ ਸਕਦਾ ਸੀ ਕਿ ਅਸੀਂ ਜੀ ਲੀਡਰਾਂ ਦਾ ਬਾਈਕਾਟ ਕਰਦੇ ਆ ਬੋਰਡ ਲਗਾਉਣ ਦੀ ਇੱਕ ਜ਼ਰੂਰਤ ਪਈ ਅਸੀਂ ਪਿੰਡ ਦੌੜੀਖਾਨਾ ਦੇ ਵਸਨੀਕ ਸਾਰੀਆਂ ਜਥੇਬੰਦੀਆਂ ਤੋਂ ਸਾਰੀਆਂ ਲੀਡਰਾਂ ਤੋਂ ਸਾਰੀ ਕਾਂਗਰਸ ਅਕਾਲੀ ਅਤੇ ਆਪ ਤੋਂ ਤੰਗ ਆ ਕੇ ਹੁਣ ਇਹ ਸਮਝ ਚੁੱਕੇ ਆਂ ਵੀ 40 ਸਾਲ ਹੋ ਗਏ ਸਾਨੂੰ ਲਾਰਿਆਂ ਦੇ ਵਿੱਚ ਸਾਡੇ ਕਿਸਾਨਾਂ ਨੂੰ ਲਾਰੇ ਲਾਏ ਜਾ ਰਹੇ ਆ ਉਹਦੇ ਵਿੱਚੋਂ ਅਸੀਂ ਬੇਸ਼ੱਕ ਸਾਡੇ ਪਿੰਡ ਦੇ ਵਿੱਚ ਤਿੰਨ ਜਥੇਬੰਦੀਆਂ ਵੱਖ-ਵੱਖ ਭਾਰਤੀ ਕਿਸਾਨ ਯੂਨੀਅਨ ਏਕਤਾ ਡਕਾਉਂਦਾ ਭਾਰਤੀ ਕਿਸਾਨ ਯੂਨੀਅਨ ਏਕਤਾ ਕ੍ਰਾਂਤੀਕਾਰੀ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਕਿਰਤੀ ਕਿਸਾਨ ਜੁਨੀਅਰ ਸਾਰਿਆਂ ਨੇ ਰਹਿ ਕਰਕੇ ਕਿ ਨਿਸ਼ਾਨਾ ਤਾਂ ਆਪਣਾ ਇੱਕੋ ਹੀ ਆ ਬੇਸ਼ੱਕ ਪਾਰਟੀਆਂ ਵੱਖੋ ਵੱਖਰੀਆਂ ਕਾਇਆਂ ਵੱਖੋ ਵੱਖਰੀਆਂ ਬਣਾਉਂਦੀਆਂ ਕੰਨ ਪਰ ਇਹ ਰਹਿ ਕਰਕੇ ਕਿ ਆਪਾਂ ਇਹਨਾਂ ਸ਼ਾਸਕੀ ਲੀਡਰਾਂ ਦੇ ਹੱਥੋਂ ਆਏ ਵਾਰੀ ਮਾਰ ਨਹੀਂ ਖਾਣੀ ਤਾਂ ਸਾਰਿਆਂ ਜਥੇਬੰਦੀਆਂ ਨੇ ਇਕੱਠੇ ਹੋ ਕੇ ਅਸੀਂ ਇਹ ਫੈਸਲਾ ਕੀਤਾ ਕਿ ਆਪਾਂ ਨੂੰ ਬਹੁਤ ਚਿਰ ਬੁੱਧੂ ਬਣਾ ਲਿਆ ਬਹੁਤ ਚਿਰ ਸਾਨੂੰ ਝੂਠੇ ਲਾਰੇ ਲਾ ਕੇ ਅਸੀਂ ਵੋਟਾਂ ਪਾਉਂਦੇ ਰਹੇ ਆ ਪਰ ਇਹਨਾਂ ਨੇ ਸਾਡਾ ਕਦੇ ਵੀ ਕੁਝ ਨਹੀਂ ਕੀਤਾ ਫਿਰ ਅਸੀਂ ਰਹਿ ਕਰਕੇ ਇਹ ਬੋਰਡ ਇਸ ਕਰਕੇ ਬਣਾਇਆ ਕਿ ਹੁਣ ਅਸੀਂ ਸਿਆਸੀ ਲੀਡਰਾਂ ਨੂੰ ਸਾਡੇ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਵਾਂਗੇ ਤੇ ਜੇ ਵੀ ਕੋਈ ਲੀਡਰ ਸਾਡੇ ਚਾਹੂ ਤਾਂ ਅਸੀਂ ਉਹਦਾ ਰੱਜ ਕੇ ਵਿਰੋਧ ਕਰਾਂਗੇ ਤੇ ਪਿੰਡ ਦੇ ਵਸਨੀਕਾਂ ਨੂੰ ਵੀ ਅਸੀਂ ਇਹ ਕਹਤਾ ਜਿਹੜੇ ਉਹਨਾਂ ਦੇ ਨਾਲ ਭਾਈਵੰਦਗੀ ਰੱਖਦੇ ਆ ਕਿ ਜੇ ਕੋਈ ਪਿੰਡ ਦਾ ਪ੍ਰਾਈਵੇਟ ਬੰਦਾ ਉਹਨਾਂ ਲੀਡਰਾਂ ਨੂੰ ਆਪਦੇ ਘਰੇ ਸੱਦੂ ਤਾਂ ਸਾਡੇ ਪਿੰਡ ਵੱਲੋਂ ਤਿੰਨਾਂ ਜਥੇਬੰਦੀਆਂ ਵੱਲੋਂ ਇਹ ਕੀਤਾ ਗਿਆ ਕਿ ਉਹਦਾ ਪਿੰਡ ਦੇ ਵਿੱਚੋਂ ਅਸੀਂ ਬਾਈਕਾਟ ਕਰਾਂਗੇ ਬਾਈ ਕਟ ਕਰੋਗੇ ਪਿੰਡ ਦਾ ਮਾਹੌਲ ਖਰਾਬ ਨਹੀਂ ਹੋਊਗਾ ਕਿਸੇ ਦੇ ਘਰੇ ਲੀਡਰ ਆ ਜਾਂਦਾ ਕੋਈ ਲੀਡਰ ਨੂੰ ਬੁਲਾ ਲੈਂਦਾ ਤੁਸੀਂ ਵਿਰੋਧ ਕਰੋਗੇ ਪਿੰਡ ਦਾ ਮਾਹੌਲ ਇਹਨਾਂ ਖਰਾਬ ਹੋਊਗਾ ਸਾਡੀ ਜਿਹੜੀ ਏਕਤਾ ਤਿੰਨੇ ਜੱਥੇ ਬੰਦੀਆਂ ਦੀ ਸਾਡੇ ਇੱਕ ਮਤਲਬ ਪਿੰਡ ਦੇ ਵਿੱਚ ਤਿੰਨ ਜੱਥੇ ਬੰਦੀਆਂ ਤਿੰਨਾਂ ਨੇ ਇੱਕ ਹੱਥ ਆ ਕਰਕੇ ਕੁਝ ਕੁ ਬੰਦੇ ਹੋਣਗੇ ਜਿਹੜੇ ਸਾਡੇ ਵਿਰੋਧ ਕਰਨਗੇ ਪਰ ਅਸੀਂ ਉਹਨਾਂ ਨੂੰ ਕੁਝ ਨਹੀਂ ਸਮਝਾਂਗੇ ਤਾਂ ਅਸੀਂ ਤਾਂ ਉਹਨਾਂ ਦਾ ਵਿਰੋਧ ਕਰਾਂਗੇ ਵਿਰੋਧ ਕਰੋਗੇ ਇਹ ਗੱਲ ਤੇ ਡਟੇ ਰਹਾਂਗੇ ਬਹੁਤ ਵਾਰ ਹੁੰਦਾ ਕਿ ਫੈਸਲਾ ਤਾਂ ਲੈ ਲਿਆ ਜਾਂਦਾ ਪਰ ਫੈਸਲੇ ਦੇ ਉੱਤੇ ਖੜਾ ਰਹਿਣਾ ਬਹੁਤ ਔਖਾ ਹੁੰਦਾ ਕਿ ਇਹ ਲੀਡਰ ਆਉਂਦਾ ਫਿਰ ਮਨ ਚ ਇੱਛਾ ਜਾਗਦੀ ਹੈ ਕਈ ਲੋਕਾਂ ਦੇ ਜਿਵੇਂ ਅੱਜ ਖੜੇ ਹਾਂ ਬੜੀ ਵੱਡੀ ਗੈਂਦੀ ਚ ਖੜੇ ਹਾਂ ਅੰਦਰੋਂ ਅੰਦਰ ਹੀ ਇੱਛਾ ਜਾਗ ਪੈਂਦੀ ਹੈ ਕਿ ਫਲਾਣਾ ਲੀਡਰ ਆ ਗਿਆ ਫੋਟੋ ਕਰਾ ਲਈਏ ਇਹ ਤਾਂ ਨਹੀਂ ਹੋਊਗਾ ਹੁਣ ਪਤਾ ਕੀ ਗੱਲ ਆ ਐਦੂ ਪੈਦਾ ਲੋਕ ਅਨਪੜ੍ਹ ਸੀ ਹੁਣ ਲੋਕ ਐਨੇ ਅਵੇਅਰ ਹੋ ਗਏ ਸਾਨੂੰ ਦੱਸਣ ਦੀ ਲੋੜ ਨਹੀਂ ਬਿਨ੍ਹਾ ਕਰ ਉਹ ਸਾਨੂੰ ਲੋਕ ਘਰ ਆ ਕੇ ਕਹਿੰਦੇ ਵੀ ਆ ਕੱਕਾ ਕੰਮ ਕਰਨਾ ਤੁਹਾਡੇ ਵਾਸਤੇ ਬਹੁਤ ਜ਼ਰੂਰੀ ਆ ਅਸੀਂ ਸਾਰੇ ਲੋਕਾਂ ਦੇ ਸਹਿਯੋਗ ਦੇ ਨਾਲ ਇਹ ਮਤਾ ਪਾਇਆ ਕਿ ਹੁਣ ਲੋਕ ਅਨਪੜ੍ਹ ਨਹੀਂ ਰਹੇ ਇਹ ਅਵੇਅਰ ਹੋ ਗਏ ਲੋਕ ਕਿ ਲੋਕ ਸਾਨੂੰ ਆਪ ਕਹਿੰਦੇ ਵੀ ਤੁਹਾਡਾ ਆ ਕੰਮ ਕਰਨਾ ਜ਼ਰੂਰੀ ਆ ਤੁਹਾਡਾ ਸਮਰਥਨ ਸਮਰਥਨ ਕਰਾਂਗੇ ਤੇ ਲੋਕਾਂ ਨੇ ਸਾਨੂੰ ਇਹ ਗੱਲ ਮਤਲਬ ਲੋਕਾਂ ਨੇ ਸਾਡਾ ਸਾਥ ਦੇ ਕੇ ਸਤੋਏ ਗੱਲ ਆਪ ਕਰਵਾਈ ਆ ਆਪ ਕਰਵਾਈ ਆ ਜੇਕਰ ਸੁਖਬੀਰ ਸਿੰਘ ਬਾਦਲ ਨੂੰ ਕਿਸਾਨ ਘੇਰਦਿਆ ਤਾਂ ਉਹ ਕਹਿੰਦਾ ਕਿ ਕਾਂਗਰਸੀ ਹੈ ਜੇ ਕੱਲ ਰਾਜਾ ਵੜਿੰਗ ਦੀ ਪਤਨੀ ਨੂੰ ਘੇਰਿਆ ਗਿਆ ਤਾਂ ਉਹ ਕਹਿੰਦਾ ਇਹ ਜਿਹੜੇ ਅਸਲੀ ਕਿਸਾਨ ਹੀ ਹੈ ਨਹੀਂ ਜੇ ਕਿਤੇ ਆਪ ਨੂੰ ਘੇਰ ਦਿੰਦੇ ਤਾਂ ਦੂਜੀਆਂ ਪਾਰਟੀਆਂ ਦੇ ਬੰਦੇ ਫਿਰ ਕਿਸਾਨ ਜਿਵੇਂ ਹੁਣ ਤੁਸੀਂ ਵਿਰੋਧ ਲਾਇਆ ਕੱਲ ਨੂੰ ਕੋਈ ਇਹ ਕਹਿ ਦੂਗਾ ਜੇ ਤੁਸੀਂ ਇੱਕ ਲੀਡਰ ਨੂੰ ਘੇਰ ਲਗੇ ਦੂਜੀ ਪਾਰਟੀ ਦੇ ਰਾਜੇ ਵੜਿੰਗ ਨੂੰ ਵੀ ਘੇਰਿਆ ਗਿਆ ਸੀ ਤੇ ਕੱਲ ਗੁਰੂ ਹਰਸਾਹ ਦੇ ਵਿੱਚ ਆਪਣੇ ਸੁਖਬੀਰ ਸਿੰਘ ਬਾਦਲ ਨੂੰ ਵੀ ਘੇਰਿਆ ਗਿਆ ਸੀ ਸਾਡੇ ਭਾਰਤੀ ਕਿਸਾਨ ਜੂ ਨੇ ਇੱਕ ਤਾਂ ਡਕੌਂਦਾ ਦੇ ਬੰਦੇ ਹਰਨੇਕ ਸਿੰਘ ਮਹਿਮੇ ਨੇ ਉਹਨੂੰ 500 ਸਵਾਲ ਕੀਤੇ ਜਿਹਦਾ ਸੁਖਬੀਰ ਬਾਦਲ ਨੂੰ ਇੱਕ ਵੀ ਜ ਉਹ ਮਾਇਰ ਨੂੰ ਵੀ ਘੇਰਿਆ ਗਿਆ ਸਾਰੇ ਲੋਕ ਹਰ ਥਾਂ ਤੇ ਕਹਿੰਦਾ ਸਾਡਾ ਪਿੰਡ ਦੌੜੀ ਖੰਦੇ ਨਹੀਂ ਸਾਰੇ ਪੰਜਾਬ ਦੇ ਵਿੱਚ ਇਥੋਂ ਕੇ ਹਰਿਆਣੇ ਤੱਕ ਵੀ ਸਾਰੇ ਲੋਕ ਇੰਨੀ ਵਿਰੋਧਤਾ ਕਰ ਰਹੇ ਲੀਡਰਾਂ ਨੂੰ ਆਪ ਹੀ ਪਤਾ ਉਹ ਆਉਂ ਪਿੰਡਾਂ ਦੇ ਵਿੱਚੋਂ ਆਉਣ ਤੋਂ ਆਪ ਹੀ ਝਿਸਕਦੇ ਆ ਤੇ ਜਿੱਥੇ ਆਉਂਦੇ ਆ ਤੇ ਉੱਥੇ ਉਹਨਾਂ ਦਾ ਵਿਰੋਧ ਹੁੰਦਾ ਤੇ ਉਹਨਾਂ ਨੂੰ ਪਤਾ ਲੱਗਦਾ ਵੀ ਸਾਡੇ ਲੋਕ ਸਾਰੇ ਵਿਰੁੱਧ ਕੀ ਲੱਗਦਾ ਹੈ ਫਰਕ ਪਾਊਗਾ ਇਸ ਗੱਲ ਦਾ ਲੀਡਰਾਂ ਦੇ ਉੱਤੇ ਪ੍ਰਭਾਵ ਜਾਊਗਾ ਜਿਹੜੇ ਆ ਬੋਰਡ ਲੱਗੇ ਹਾਂਜੀ ਬਹੁਤ ਫਰਕ ਪਾਊਗਾ ਇਸ ਚੀਜ਼ ਦਾ ਜਿਹੜਾ ਪਿੰਡਾਂ ਦੇ ਵਿੱਚ ਜਾਗਰਤੀ ਬਹੁਤ ਵੱਧ ਰਹੀ ਹੈ ਲੋਕਾਂ ਕੋ ਜਾਗਰੂਤ ਬਹੁਤ ਜ਼ਿਆਦਾ ਹੋ ਗ ਪਹਿਲਾਂ ਲੋਕ ਨੇ 77 ਸਾਲ ਹੋ ਗਏ ਵੋਟਾਂ ਪਾ ਪਾ ਕੇ ਦੇਖ ਲਿਆ ਕਿਸੇ ਸਰਕਾਰ ਨੇ ਕਿਸਾਨਾਂ ਦੀ ਬਾਣੀ ਫੋੜੀ ਗਈ ਖਾਸ ਕਰ ਜਿਹੜੇ ਕਿਸਾਨ ਆ ਜਾਂ ਮਜ਼ਦੂਰ ਆਗੇ ਇੰਨੇ ਅੱਕ ਗਏ ਹੁਣ ਇਹ ਵੀ ਆਪ ਦੀ ਰਾਖੀ ਆਪ ਕਰਨ ਤੇ ਤਲੇ ਹੋਏ ਠੀਕ ਆ ਕਿਸੇ ਪੋਲੀਟੀਕਲ ਪਾਰਟੀ ਤੇ ਹੁਣ ਯਕੀਨ ਨਹੀਂ ਰਿਹਾ ਲੋਕਾਂ ਨੂੰ ਨਹੀਂ ਲਿਆ ਖਤਮ ਹੋ ਗਿਆ ਬਿਲਕੁਲ ਖਤਮ ਹੋ ਗਿਆ ਕੋ ਜਿੰਨੇ ਸਿਆਸੀ ਕੋਈ ਵੀ ਆ ਜੇ ਕਾਲੀ ਆ ਜਨ ਕਾਂਗਰਸ ਆ ਆਵਾਂ ਦੀ ਪਾਰਟੀ ਆ ਜੀ ਸਭ ਲੋਕਾਂ ਦਾ ਖੂਨ ਚੂਸਣ ਵਾਸਤੇ ਹੋਣਗੇ ਜੋ ਲੋਕਾਂ ਦਾ ਖੂਨ ਚੂਸਿਆ ਜਾਂਦਾ ਹੈਗਾ ਫਿਰ ਲੋਕ ਕਦੋਂ ਬਰਸ਼ਾਦ ਨਹੀਂ ਇਹ ਕਰਦੇ ਜੀ ਨੂੰ ਨਹੀਂ ਕਰਦੇ ਹਾਂ ਸੰਯੁਕਤ ਮੋਰਚੇ ਨੇ ਤਾਂ ਇਹ ਕਿਹਾ ਸੀ ਕਿ ਵਿਰੋਧ ਨਹੀਂ ਕਰਨਾ ਸਿਰਫ ਬੀਜੇਪੀ ਦਾ ਕਰਨਾ ਹੈ ਬਾਕੀ ਪਾਰਟੀਆਂ ਨੂੰ ਸਿਰਫ ਤੁਸੀਂ ਸਵਾਲ ਕਰ ਸਕਦੇ ਹੋ ਫਿਰ ਇਹ ਫੈਸਲਾ ਕਿਵੇਂ ਬੇਸ਼ੱਕ ਸਾਨੂੰ ਸੰਯੁਕਤ ਮੋਰਚੇ ਨੇ ਇਕੱਲੀ ਬੀਜੇਪੀ ਦਾ ਮਤਲਬ ਵਿਰੋਧ ਕਰਨ ਵਾਸਤੇ ਆਖਿਆ ਪਰ ਸਾਡੇ ਲੋਕਾਂ ਦਾ ਇੰਟਰਸਟ ਇਹ ਆ ਕਿ ਆਪਾਂ ਸਾਰੇ ਲੀਡਰਾਂ ਨੂੰ ਹੀ ਨਿਵੜਨ ਦੇਣਾ ਸਾਰਿਆਂ ਨੇ ਹਜ਼ਾਰਿਆਂ ਨੂੰ ਮਤਲਬ ਪਿੰਡ ਪਿੰਡ ਕੱਲੇ ਸਾਡੇ ਪਿੰਡ ਦੌੜੀਖਾਨਾ ਚ ਨਹੀਂ ਸਾਰੇ ਪਿੰਡਾਂ ਦੇ ਵਿੱਚ ਜਦੋਂ ਸੰਯੁਕਤ ਮੋਰਚੇ ਦਾ ਆਖਿਆ ਵਈਆ ਤੇ ਉਦੋਂ ਮੜ ਕੇ ਚੰਦੂ ਮਾਜਰੀ ਦਾ ਵਿਰੋਧ ਹੋਇਆ ਸੁਖਵੀਰ ਬਾਦਲ ਦਾ ਵਿਰੋਧ ਹੋਇਆ ਉਹ ਕਿਹੜਾ ਬੀਜੇਪੀ ਦੇ ਵਿੱਚ ਸੀ ਇਹ ਤਾਂ ਲੋਕਾਂ ਨੂੰ ਆਪ ਨੂੰ ਦਿਲਚਸਪੀ ਬਣੀ ਵੀ ਆ ਲੋਕ ਸਿਆਣੇ ਸਮਝਦਾਰ ਹੋ ਗਏ ਵੀ ਇਹਨਾਂ ਲੀਡਰਾਂ ਨੇ ਸਾਨੂੰ ਕੁਝ ਨਹੀਂ ਦੇਣਾ ਸਰ ਵੀਰ ਸਿੰਘ ਬਾਦਲ ਕਹਿੰਦਾ ਮੇਰੀ ਪਤਨੀ ਨੇ ਕੈਬਨਟ ਮੰਤਰੀ ਤੋਂ ਅਸਤੀਫਾ ਦਿੱਤਾ ਕਿ ਕਿਸਾਨਾਂ ਦੇ ਇੰਨੇ ਪੱਖੀ ਐ ਕੈਪਟਨ ਮਰਿੰਦਰ ਸਿੰਘਾਂ ਦਾ ਮੈਂ ਕਿਸਾਨਾਂ ਦੇ ਪੱਖੀ ਐ ਤੇ ਫਿਰ ਕਿਸਾਨ ਵਿਰੋਧੀ ਕਿਵੇਂ ਤੁਸੀਂ ਕਿਵੇਂ ਇਹਨਾਂ ਨੂੰ ਕਿਸਾਨ ਵਿਰੋਧੀ ਕਹਿੰਦੇ ਹੋ ਤੇ ਅਸੀਂ ਕਹਿੰਦੇ ਪੱਖੀ ਬਹੁਤ ਐ ਇਹਨਾਂ ਦੇ ਜਦੋਂ ਕੱਲ ਹਰਨੇਕ ਮਹਿਮੇ ਨੇ ਉਹਨਾਂ ਨੂੰ ਸਵਾਲ ਕੀਤਾ ਕਿ ਪਹਿਲਾਂ ਤਾਂ ਤੁਸੀਂ ਜਾ ਕੇ ਬੀ ਜੀ ਪੀ ਵਾਲੇ ਕੋਲੇ ਆਖਿਆ ਸੀ ਤੇ ਟੀਵੀ ਦੇ ਉੱਤੇ ਸਕਰੀਨ ਤੇ ਕਹਿੰਦਾ ਸੀਗਾ ਵੀ ਅਸੀਂ ਤਾਂ ਬੜੇ ਵਧੀਆ ਥਾਂ ਤੇ ਸਾਈਨ ਕਰਨਾ ਚਾਰ ਜਾਂ ਪੰਜ ਸਾਲਾਂ ਨੂੰ ਲੋਕਾਂ ਨੂੰ ਪਤਾ ਲੱਗੂਗਾ ਵੀ ਮਤਲਬ ਕਿੰਨੇ ਵਧੀਆ ਥਾਂ ਤੇ ਮੈਂ ਸਾਈਨ ਕਰਕੇ ਆਈਆਂ ਜਦੋਂ ਅਸੀਂ ਪੂਰੀ ਵਿਰੋਧਤਾ ਇਸ ਕਰਕੇ ਦਿੱਤਾ ਸੀ ਕਿ ਹੁਣ ਲੋਕ ਸਾਡੇ ਵਿਰੋਧੀ ਹੋ ਗਏ ਇਹਨਾਂ ਨੂੰ ਪਤਾ ਲੱਗ ਗਿਆ ਇਹਨਾਂ ਨੂੰ ਸਮਝ ਆ ਗਈ ਉਹਨੇ ਇਸ ਕਰਕੇ ਦਿੱਤਾ ਸੀ ਤੇ ਹਰਨੇਕ ਮੈਂਮ ਨੇ ਵੀ ਕੱਲ ਨੂੰ ਇਹ ਕੱਲ ਉਹਨਾਂ ਨੂੰ ਇਹੀ ਸਵਾਲ ਕੀਤਾ ਸੀਗੇ ਨਹੀਂ ਇੱਥੇ ਇੱਕ ਸਵਾਲ ਆਇਆ ਚਲੋ ਤੁਸੀਂ ਪਿੰਡ ਵਾਸੀਓ ਤੁਸੀਂ ਸਾਰਿਆਂ ਬਾੜਾਂ ਦਾ ਵਿਰੋਧ ਕਰਦੇ ਹੋ ਫਿਰ ਲੋਕਾਂ ਜਿਹੜੇ ਲੋਕਾਂ ਦੇ ਵਿੱਚ ਇੱਕ ਸਵਾਲ ਵੀ ਉੱਠਦੇ ਪਰ ਕਿਸਾਨ ਜੱਥੇਬੰਦੀਆਂ ਚੋਣ ਲੜ ਲੈਣ ਅਸੀਂ ਉਹਨਾਂ ਨੂੰ ਵੋਟ ਪਾ ਦੇਾਂਗੇ ਫਿਰ ਇਹਦਾ ਹੱਲ ਕੀ ਆ ਬਦਲ ਕੀ ਆ ਇਹ ਕਿਸਾਨ ਜੱਥੇਬੰਦੀਆਂ ਨੇ ਜਿੱਦੇ ਮਤਲਬ ਸੰਯੁਕਤ ਮੋਰਚਾ ਤਿਆਰ ਕੀਤਾ ਤੇ ਉੱਥੇ ਜਾ ਕੇ ਬੈਠੇ ਆ ਇੱਕ ਫੈਸਲਾ ਕੀਤਾ ਸੀ ਕਿ ਆਪਾਂ ਚੋਣ ਨਹੀਂ ਲੜਨੀ ਇਸ ਵੇਸ ਤੇ ਆਪਾਂ ਮਤਲਬ ਕਿਸੇ ਦਾ ਵੀ ਕੋਈ ਵਿਰੋਧਤਾ ਨਹੀਂ ਕਰਨੀ ਵੀ ਮਤਲਬ ਆਪਾਂ ਚੋਣ ਨਹੀਂ ਲੜਨੀ ਅੱਜ ਤੱਕ ਵੀ ਸਾਨੂੰ ਪਤਾ ਹੀ ਆ ਕਿ ਜਨੂਨੀ ਨੂੰ ਕਿੰਨੇ ਦਿਨਾਂ ਵਾਸਤੇ ਕੱਢਿਆ ਗਿਆ ਸੀ ਉਹਨੇ ਇਹ ਕਹਤਾ ਸੀ ਚੋਣ ਲੜਾਂਗੇ ਪਰ ਕਿਸਾਨ ਜੱਥੇਬੰਦੀਆਂ ਇਦੋਂ ਬਾਅਦ ਬੇਝੱਕ ਫੈਸਲਾ ਲੈ ਲੈਣਾ ਪਰ ਅੱਜ ਤੱਕ ਜੱ ਮੈਨੀਫੈਸਟੋ ਦੇ ਵਿੱਚ ਕੋਈ ਇਰਾਦਾ ਨਹੀਂ ਕਰੀ ਬੀਸੀ ਕਰਾਂ ਗਲੀਆਂ ਦੇ ਵਾਰਾ ਕੁੱਤੇ ਚੰਗੇ ਨੇ ਗਲੀਆਂ ਦੇ ਵਾਰਾ ਕੁੱਤੇ ਚੰਗੇ ਨੇ ਵੱਡਣ ਤੋਂ ਪਹਿਲਾਂ ਭੌਂਕਦੇ ਨੇ ਆਦਮੀ ਚਕੰਦਾ ਹੋ ਜਾਂਦਾ ਹੈ ਦੇਸ਼ ਦੇ ਹਾਕਮ ਕੁੱਤੇ ਦੇਸ਼ ਦੇ ਹਾਕਮ ਕੁੱਤੇ ਚੁੱਪਚੀਪੇ ਵੜਦੇ ਨੇ ਗਲੀਆਂ ਦੇ ਵਾਰਾ ਕੁੱਤਿਆਂ ਤੋਂ ਚੰਗੇ ਹੋ ਨਹੀਂ ਸਕਦੇ ਗਲੀਆਂ ਦੇ ਵਾਰਾ ਕੁੱਤਿਆਂ ਤੋਂ ਚੰਗੇ ਹੋ ਨਹੀਂ ਸਕਦੇ ਜਿਹੜਾ ਇਹ ਫੈਸਲਾ ਲਿਆ ਗਿਆ ਤਿੰਨ ਕਿਸਾਨ ਜਿੱਥੇ ਬੰਦੀਆਂ ਤਾਂ ਇਹਦੇ ਵਿੱਚ ਕਹੇ ਗਿਆ ਕਿ ਸ਼ਾਮਲ ਹੈ ਪਿੰਡ ਵਾਸੀਆਂ ਤੋਂ ਕਿਹੋ ਜਿਹਾ ਸਹਿਯੋਗ ਹੈ ਪਿੰਡ ਵਾਸੀ ਚਾਹੁੰਦੇ ਆ ਵੀ ਇਸ ਤਰੀਕੇ ਨਾਲ ਵਿਰੋਧ ਕਰੇ ਅਸੀਂ ਸਭ ਤੋਂ ਪਹਿਲਾਂ ਜਦੋਂ ਇਹ ਬਾਈਕਾਟ ਦੀ ਗੱਲ ਕਰਨੀ ਹੈ ਕੋਈ ਮਾੜੀ-ਮੋਟੀ ਗੱਲ ਨਹੀਂ ਬਾਈਕਾਟ ਕਰਨਾ ਇਹਦੇ ਵਾਸਤੇ ਬਹੁਤ ਦਿਲ ਤੇ ਹੌਸਲਾ ਚਾਹੀਦਾ ਸਾਡੀਆਂ ਤਿੰਨੇ ਜਥੇਬੰਦੀਆਂ ਨੇ ਗੁਰਦੁਆਰਾ ਸਾਹਿਬ 'ਚ ਬਹਿ ਕੇ ਇਹ ਪਰਨ ਕੀਤਾ ਸੀਗਾ ਤੁਹਾਡੀ ਜਾਣਕਾਰੀ ਵਾਸਤੇ ਦੱਸ ਦਿੰਦੇ ਆ ਅਸੀਂ ਕੱਟੜ ਕਾਲੀ ਆ ਮੈਂ ਕੱਟੜ ਕਾਲੀ ਆ ਬਚਪਨ ਤੋਂ ਦਾਦੇ ਆਪਦਾ ਇਹ ਸਾਡੇ ਪ੍ਰਧਾਨ ਜੀ ਬੇਟੀ ਡਕੌਂਦਾ ਸਾਹਿਬ ਇਹ ਕਾਂਗਰਸੀ ਕੱਟੜ ਕਾਂਗਰਸੀ ਹੈ ਸਾਡੇ ਬੰਦੇ ਮਤਲਬ ਕੱਟੜ ਕਾਰਸੀ ਦੇ ਮਤਲਬ ਕਾਲੀ ਦੋ ਪਾਰਟੀਆਂ ਸਾਡੇ ਬੜੀਆਂ ਤਗੜੀਆਂ ਠੀਕ ਹੈ ਆ ਵਾਲੇ ਤਾਂ ਹੋਣੀ ਬਦੇ ਮਾੜੇ ਮੋਟੇ ਹੋਏ ਆ ਤੇ ਪਰ ਅਸੀਂ ਇਹ ਫੈਸਲਾ ਕਰ ਲਿਆ ਸੀ ਸਾਡੇ ਵੱਲੋਂ ਕੋਈ ਵੀ ਆਵੇ ਅਸੀਂ ਡਟ ਕੇ ਵਿਰੋਧ ਕਰਾਂਗੇ ਅਸੀਂ ਸਵਾਲ ਵੀ ਕਰਾਂਗੇ ਉਹਨਾਂ ਤੇ ਅੱਜ ਦੇ ਸਮੇਂ ਵਿੱਚ ਇਹ ਸਰਕਾਰ 75 ਸਾਲਾਂ ਤੋਂ ਵੋਟਾਂ ਲੈ ਲੈ ਕੇ ਸਾਡੇ ਲੋਕਾਂ ਨੂੰ ਲੁੱਟੀ ਜਾ ਰਹੀ ਹੈ ਆਪ ਇਹ 5-5 7-7 ਪੈਨਸ਼ਨਾਂ ਲਈ ਜਾ ਰਹੇ ਆ ਅੱਜ ਪੰਜਾਬ ਦੇ ਵਿੱਚ ਕਿਹੋ ਜਿਹੀ ਹਰਾਨਤ ਹੈ ਜਿਹੜਾ ਮਤਲਬ ਉਹ ਸੰਯੁਕਤ ਆਪਣਾ ਆ ਮੋਰਚਾ ਬਣਿਆ ਹੋਇਆ ਹੈ ਜਮਲਾਦਮਾਂ ਦਾ ਫਰੰਟ ਬਣਿਆ ਹੋਇਆ ਹੈ ਫਰੰਟ ਦੇ ਵਿੱਚ ਉਹ ਪੇ ਕਮਿਸ਼ਨ ਦੀ 6ਵੀਂ ਰਿਪੋਰਟ ਦੀ ਮੰਗ ਕਰ ਰਹੇ ਆ ਸਰਕਾਰ ਤੋਂ ਜਿਹੜੀ ਕਿ 1 ਜਨਵਰੀ 2016 ਤੋਂ ਦੇਣੀ ਬਣਦੀ ਸੀ ਇਹਨਾਂ ਦੀ ਤੇ ਇਹਨਾਂ ਨੇ ਹਜੇ ਤੱਕ 5 ਮਹੀਨਾ ਸਾਲ ਲੱਗ 4 ਸਾਲ ਹੋ ਗਏ 5 ਮਹੀਨਾ ਲੱਗ ਗਿਆ ਇਹ ਸਰਕਾਰ ਨੇ ਮਲਾਜਮਾਂ ਨੂੰ ਪੈਨਸ਼ਨਾਂ ਨੂੰ ਪੰਜਾਬੀਆਂ ਨੂੰ ਕੁਝ ਵੀ ਨਹੀਂ ਦਿੱਤਾ ਹਜੇ ਤੱਕ ਨਾ ਹਜੇ ਤੱਕ ਦੇ ਰਹੀ ਹੈ ਲਾਰੇ ਲਾਈ ਜਾ ਰਹੀ ਹੈ ਅਤੇ ਦੂਜੀ ਗੱਲ ਇਹ ਹੈ ਵੀ ਜਦੋਂ ਇਹ ਆਪ ਦੀਆਂ ਤਾਂ ਪੈਨਸ਼ਨਾਂ ਹੀ ਨਹੀਂ ਬਣਾਈ ਜਾਂਦੇ ਆ ਤੇ ਮਲਾਜਮਾਂ ਲਈ ਕਹਿੰਦੇ ਖਜ਼ਾਨਾ ਖਾਲੀ ਹੈ ਸਾਡੇ ਮਲਾਜਮ ਸਾਡੇ ਜਿਹੜੇ ਨੇਤਾ ਅਸੀਂ ਗਏ ਉਹ ਸ਼ਖੀਰ ਦੀ ਕੋਠੀ ਦੇ ਚੰਡੀਗੜ੍ਹ ਉੱਥੇ ਉਹਨਾਂ ਨੇ 24 24 ਲੱਗੇ ਸੀ ਏਸੀਓ ਦੇ ਕੀ ਗੱਲ ਵੀ ਉਹਨਾਂ ਦੇ ਖਰਚੇ ਦੂਜੀ ਇਹਨਾਂ ਦੇ ਜਿਹੜੇ ਐਮਐਲਏ ਜਿੰਨੇ ਵੀ ਐਮਐਲਏ ਆ ਉਹਨਾਂ ਦਾ ਸਰਕਾਰੀ ਖਜ਼ਾਨੇ ਦੇ ਵਿੱਚੋਂ ਟੈਕਸ ਭਰਿਆ ਜਾਂਦਾ ਹੈ ਤੇ ਮੁਲਾਜ਼ਮਾਂ ਦਾ ਜੇ ਕੋਈ ਮੜੀ ਕੋਈ ਵੱਧ ਪੈਸੇ ਲੈਂਦਾ ਉਹਦਾ ਨਾਲ ਦੀਆਂ ਟੈਸਟ ਕੱਟਿਆ ਜਾਂਦਾ ਇਸ ਕਰਕੇ ਜੋ ਇਹ ਚੇਤਾਵਨੀ ਦਿੱਤੀ ਹੈ ਇਹ ਤੇ ਅਸੀਂ ਸਤਨੇ ਜਿਹੀ ਬੰਦੀਆਂ ਡਟ ਕੇ ਪੈਰਾ ਦੇਵਾਂਗੇ ਅਤੇ ਮਤਲਬ ਕਿਸੇ ਦੀ ਕਿਸਤਾਂ ਦੀ ਕੋਈ ਗੱਲ ਨਹੀਂ ਕੋਈ ਅਸੀਂ ਕਿਸੇ ਲੀਡਰ ਦਾ ਇਨਸਾਨ ਨਹੀਂ ਕਰਨਾ ਨਾ ਉਹਦੀ ਗੱਡੀ ਭੰਨਣੀ ਆ ਨਾ ਉਹਨੂੰ ਕੋਈ ਲੀੜੇ ਪਾੜਨੇ ਉਹਦੇ ਅਸੀਂ ਉਹ ਤੇ ਸਵਾਲ ਕਰਾਂਗੇ ਸਾਡੇ ਸਵਾਲਾਂ ਦਾ ਜਵਾਬ ਦਿੰਦਾ ਕਿ ਨਹੀਂ ਦਿੰਦਾ ਠੀਕ ਹੈ ਅਸੀਂ ਡਟ ਕੇ ਸਵਾਲ ਕਰਾਂਗੇ ਉਹਨਾਂ ਤੇ ਉਹਨਾਂ ਸਵਾਲਾਂ ਦੇ ਜਵਾਬ ਮੰਗਾਗੇ ਹਰੇਕ-ਹਰੇਕ ਗੱਲ ਤੇ ਮੰਗਾਗੇ ਜਵਾਬ ਦੇਣ ਸਾਨੂੰ ਤਾਂ ਜੋ ਸਾਡੇ ਲੋਕਾਂ ਨੂੰ ਹੀ ਪਤਾ ਲੱਗੇ ਹੁਣ ਲੋਕ ਉਹੋ ਜਿਹੇ ਨਹੀਂ ਰਹਿ ਗਏ ਹੁਣ ਲੋਕ ਬਹੁਤ ਚੇਤਨ ਹੋ ਗਏ ਅੱਗੇ ਨਾਲੋਂ ਲੋਕਾਂ ਨੂੰ ਬੜੀ ਸਮਝ ਹੋ ਗਈ ਹੈ ਹਜੇ ਮਤਲਬ ਜਿੰਨੇ ਉਹਨਾਂ ਦੀ ਸਮਝ ਨਹੀਂ ਹਜੇ ਆਈਗੀ ਕਈ ਹੈ ਸਾਡੇ ਪਿੰਡਾਂ ਦੇ ਵਿੱਚ ਲੋਕ ਇਹੋ ਜੀ ਵੀ ਘਰਾਂ 'ਚ ਬੈਠੇ ਅਜੇ ਦਿੱਲੀ ਤੱਕ ਜਾ ਕੇ ਨਹੀਂ ਆਏਗੇ ਉਹ ਸਾਡੇ ਬਹੁਤ ਜ਼ਿਆਦੇ ਲੋਕ ਜਿਹੜੇ ਦਿੱਲੀ ਜਾ ਰਹੇ ਆ ਜਾਂਦੇ ਆ ਬਹੁਤ ਮਲਾਇਮ ਸਾਡੇ ਸਾਰੇ ਬੰਦੇ ਪਿੰਡ ਚੋਂ ਬਹੁਤ ਜਾ ਰਹੇ ਆ ਪਰ ਇਹੋ ਜੇ ਵੀ ਹੈਗੇ ਆ ਪਰ ਲੋਕ ਬਾਈ ਚੇਤਨਤ ਬਹੁਤ ਹੈ ਜਿਹੜਾ ਬਾਈਕਾਟ ਆ ਇਹ ਬੜਾ ਸੋਚ ਸਮਝ ਕੇ ਫੈਸਲਾ ਲਿਆ ਗਿਆ ਤਾਂਕਿ ਹਾਂ ਕਾਲੂ ਕੋਈ ਅਸੀਂ ਕੋਈ ਬੰਦਾ ਉਹਨਾਂ ਦੇ ਮੂਰੇ ਅਥਰਾ ਅੱਡੇ ਉਹਨਾਂ ਦੇ ਮੂਰੇ ਝਾਕੇ ਨਾ ਉਹਨਾਂ ਨੂੰ ਮੂਰੇ ਕੋਈ ਹਾਂ ਉਹਨਾਂ ਨੂੰ ਸਵਾਲ ਕਰਾਂਗੇ ਸਾਡੀ ਮੰਡੀ ਚਾਹਣਗੇ ਅਸੀਂ ਚੇਤਾਵਨੀ ਤਾਂ ਦਿੱਤੀ ਹੈ ਵੀ ਸਾਡੇ ਪਿੰਡੇ ਵੜਨ ਨਾਲ ਕੋ ਸੋਚ ਕੇ ਵੜਿਓ ਆਮ ਇਹ ਨਹੀਂ ਜਿਸੀ ਵੰਦੇਣਾ ਕਾਲੇ ਝੰਡਿਆਂ ਨਾਲ ਡਟ ਕੇ ਰੋਲ ਕਰਾਂਗੇ ਆਪੋ ਆਪਣੀ ਜਥੇਬੰਦੀਆਂ ਦੇ ਝੰਡਿਆਂ ਨਾਲ ਵਿਰੋਧ ਕਰਾਂਗੇ ਹਾਂ ਇਲੈਕਸ਼ਨ ਦੇ ਵਿੱਚ ਹਜੇ ਲਗਭਗ 7 ਮਹੀਨੇ ਦੇ ਕਰੀਬ ਦਾ ਸਾਸ਼ੀ 7 ਮਹੀਨੇ ਦੇ ਕਰੀਬ ਦਾ ਸਮਾਂ ਪਿਆ ਹੈ ਇਨਾ ਲੰਮਾ ਸਮਾਂ ਤੁਸੀਂ ਇਹ ਗੱਲ ਤੇ ਪਰਪੱਕ ਰਹਿ ਸਕੋਗੇ ਕਿ ਲੀਡਰ ਤਾਂ ਇਹ ਦੂ ਘਾਂ ਹੁਣ ਲਗਾਤਾਰ ਹੋਣੇ ਆ ਇਹਦਾ ਸ਼ੁਰੂਆਤ ਹੈ ਇਹ ਤਾਂ ਹਰ ਦਿਨ ਉਹਨਾਂ ਨੇ ਇੱਥੇ ਪ੍ਰੋਗਰਾਮ ਰੱਖਿਆ ਕਰਨਾ ਇਨਾ ਲੰਮਾ ਸਮਾਂ ਇਸ ਤੇ ਟਿਕੇ ਰਹਿ ਸਕੋਗੇ ਹਾਂ ਟਿਕੇ ਰਵਾਂਗੇ ਅਸੀਂ ਸਾਡਾ ਇੱਕ ਫੈਸਲਾ ਇਸ ਤੇ ਵੀ ਇਸ ਤੇ ਇਹ ਫੈਸਲਾ ਕੀਤਾ ਵਾ ਵੀ ਅਸੀਂ ਇੱਕ ਟੀਮ ਤਿਆਰ ਕੀਤੀ ਵੀ ਆ 31 31 ਬੰਦਿਆਂ ਦੀ ਤਿੰਨੇ ਜਥੇਬੰਦੀਆਂ ਨੇ ਅਸੀਂ ਇੱਕ ਪ੍ਰਧਾਨ ਨੂੰ ਫੋਨ ਕਰਨਾ ਉਹਨੇ ਆਪਦੇ ਬੰਦੇ ਦੂਜੇ ਪ੍ਰਧਾਨ ਨੇ ਆਪਦੇ ਜਦੋਂ ਕੋਈ ਲੀਡਰ ਆਊਗਾ ਅਸੀਂ 100 ਬੰਦੇ ਕਿਦਾਂ ਵੀ ਇਕੱਠਾ ਹੋ ਜਾਣਾ ਇੱਥੇ ਅਸੀਂ ਉਹਦੀ ਘਰਾਓ ਕਰਕੇ ਉਹਤੇ ਸਵਾਜਿਵਾਬ ਕਰਾਂਗੇ ਇਹ ਸਾਡਾ ਪ੍ਰਵਕ ਫੈਸਲਾ ਭਾਵੇਂ ਲੰਮਾ ਸਾਮਾ ਹੈਗਾ ਇਹ 6-7 ਮਹੀਨੇ ਪਏ 8 ਮਹੀਨੇ ਪਏ ਵੋਟਾਂ ਦੇ ਵਿੱਚ ਪਰ ਅਸੀਂ ਉਹਨਾਂ ਦਾ ਫਿਰ ਵੀ ਡਟ ਕੇ ਵਿਰੋਧ ਕਰਾਂਗੇ ਇੱਥੇ ਜਦੋਂ ਕੋਈ ਆਉਣਗੇ ਸਾਡਾ ਇੱਕ ਫੈਸਲਾ ਕੀਤਾ ਹੋਇਆ ਵੀ ਅਸੀਂ ਆਪਦੇ ਬੰਦਿਆਂ ਕੋਈ ਸਾਡੇ ਬੰਦੇ ਜਿਵੇਂ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਸੀਗੇ ਮੁਗਲ ਸੀਗੇ ਉਹ ਮਤਲਬ ਸਿੱਖਾਂ ਤੇ ਹਮਲੇ ਕਰਦੇ ਸੀਗੇ ਵੀ 3:00 ਵਜੇ ਹਮਲਾ ਕਰਨਾ ਸਿੱਖ ਤਿਆਰ ਹੁੰਦੇ ਸੀਗੇ ਉੱਠ ਕੇ ਪਹੁੰਚਦੇ ਸੀ ਗਲ ਉਹਨਾਂ ਦੇ ਲਾਂਦੇ ਆਹੁ ਉਹਨਾਂ ਦੇ ਉਹ ਗੱਲ ਸਾਡੀਆਂ ਸਾਡੇ ਜਿਹੜੇ ਵਰਕਰ ਆ ਸਾਡੇ ਜਿਹੜੇ ਲੀਡਰਾਂ ਚਥੇ ਬੰਦੀਆਂ ਦੇ ਉਹ ਪੂਰੇ ਤਿਆਰ ਆ ਕਸਮਾਂ ਖਾ ਕੇ ਇਸ ਗੱਲ ਦੀ ਚੇਤਾਵਨੀ ਦਾ ਬੋਰਡ ਤਾਂ ਅਸੀਂ ਲਾਇਆ ਹਾਂ ਹਾਂ ਅਸੀਂ ਆਦੇ ਪਿੰਡ ਦੇ ਚਾਰ ਚਪੇ ਦੇ ਬੋਰਡ ਹੋਰ ਵੀ ਲਾਵਾਂਗੇ ਇਹਦੇ ਨਾਲ ਦੇ ਤੇ ਇਸ ਕਰਕੇ ਚਾਰ ਚਪੇ ਦੇ ਲਾਵਾਂਗੇ ਬੋਰਡ ਅਸੀਂ ਉਸ ਦਾ ਜਵਾਬ ਦੋ ਹਾਂਜੀ ਨੌਜਵਾਨਾਂ ਨੂੰ ਪੁੱਛ ਰਹੇ ਨੇ ਜਿਹੜਾ ਇਹ ਬੋਰਡ ਲਗਾਇਆ ਗਿਆ ਸਹਿਮਤ ਉਹ ਗੱਲਾਂ ਵੀ ਚਾਹੀਦਾ ਹੈ ਵਿਰੋਧ ਕਰਨਾ ਹਾਂਜੀ ਬਾਈ ਜੀ ਇਹ ਤਾਂ ਜ਼ਰੂਰੀ ਚਾਹੀਦਾ ਠੀਕ ਹੈ ਇਹਦਾ ਥਲਵੇਂ ਮੈਂ ਜਦੋਂ ਧੌਣ ਤੇ ਗੋਡਾ ਰੱਖਿਆ ਜਾਂਦਾ ਕੀ ਗੋਦੋ ਵੱਜਦੀ ਆ ਠੀਕ ਆ ਅੱਜ ਜਿੰਨੇ ਸਾਡੇ ਕਿਸਾਨ ਖੜੇ ਆ ਹਮ ਕਾਲੀ ਕਾਂਗਰਸੀ ਹਮ ਇਹਨਾਂ ਨੂੰ ਕੋਈ ਹੋਰ ਕੋਦ ਨਹੀਂ ਦੇਂਦਾ ਹੀ ਨਹੀਂ ਸੀ ਆਸੀ ਪਾਸੇ ਹਮ ਜਦੋਂ ਧੌਣ ਤੇ ਗੋਡਾ ਰੱਖਿਆ ਗਿਆ ਨਹੀਂ ਹਮ ਠੀਕ ਵੱਜੀ ਆ ਨਾ ਹਮ ਤੇ ਛੋਗਰਾ ਹਜੇ ਵੀ ਇਹ ਜਾਗ ਗਈ ਠੀਕ ਆ ਉਹਨਾਂ ਨੇ ਖੇਤਾਂ ਨੂੰ ਪਹਿ ਗਏ ਉਦੋਂ ਬਾਅਦ ਚੁੱਲਿਆਂ ਨੂੰ ਪੈਣਾ ਸੀ ਠੀਕ ਆ ਬਾਈ ਜੀ ਹਾਂ ਲੋ ਜ਼ਰੂਰੀ ਆ ਜਿਹੜਾ ਇਹ ਕੰਮ ਕਰ ਰਿਹਾ ਹੈ ਲੇਟ ਬੇਸ਼ੱਕ ਆ ਪਰ ਇਹ ਜ਼ਰੂਰੀ ਸੀ ਹਾਂ ਬਾਕੀ ਇਹਦੀ ਤਾਂ ਪਹਿਲਾਂ ਵੀ ਕਹਿ ਕੇ ਹਟਿਆ ਵੀ ਜਿਹੜਾ ਕਥਾਨ ਜੂਨੀਅਰ ਦਾ ਫੈਸਲਾ ਲੈਣੀਆਂ ਹਾਂ ਹੂੰ ਉਹਨਾਂ ਦੇ ਮੰਗਣਾ ਆਪਾਂ ਉਹਨਾਂ ਦੇ ਮੰਗਣਾ ਇੱਕ ਤੁਸੀਂ ਗੱਲ ਕੀਤੀ ਆ ਵੀ 33 31 ਮੈਂਬਰਾਂ ਦੀਆਂ ਟੀਮਾਂ ਹਾਂ ਜਿਵੇਂ ਤੁਸੀਂ ਕਿਹਾ ਵੀ ਇੱਕੋ ਦਾ ਫੋਨ ਮਾਰ ਦੇ ਕਰਨਗੇ ਤੇ ਸਾਰੇ ਇਕੱਠੇ ਹੋ ਜਾ ਕਰਨਗੇ ਇਹ ਉਹੀ ਨੀਤੀ ਆ ਜਿਹੜੀ ਗਰੀਲਾ ਜਿਹੋ ਤੇ ਨੀਤੀ ਤੇ ਕਿਸੇ ਟਾਈਮ ਸਿੱਖ ਫੌਜੀ ਲੜਦੀ ਰਹੀ ਐ ਜਦੋਂ ਮੁਗਲਾਂ ਦਾ ਮੁਗਲ ਹਮਲਾ ਕਰਦੇ ਸੀ ਤਾਂ ਸਿੱਖ ਜੰਗਲਾਂ 'ਚ ਬੈਠੇ ਹੁੰਦੇ ਸੀ ਤੇ ਇੱਕੋ ਜਿਹਾ ਉਹ ਧਾਵਾ ਬੋਲਦੇ ਸੀ ਉਸੇ ਨੀਤੀ ਤੇ ਚੱਲ ਰਹੇ ਹਾਂ ਸਾਡਾ ਇਤਿਹਾਸ ਪੜਾਇਆ ਵਾ ਇਹ ਅਸੀਂ ਇਤਿਹਾਸ ਦੀ ਗੱਲ ਕਰਦੇ ਹਾਂ ਸਾਰੀ ਗੱਲ ਹੀ ਇਤਿਹਾਸ ਤੇ ਆ ਜਿਵੇਂ ਜਮਰਾਉ ਦੇ ਕਿਲੇ ਤੇ ਮੋਲਾ ਨੇ ਹਮਲਾ ਕੀਤਾ ਸੀ ਕੰਧਾਰ ਤੋਂ ਆ ਕੇ ਤੇ ਉਹ 700 ਸਿੱਖ ਸੀਗਾ ਤੇ ਉਹ ਲੱਖਾਂ ਦੀ ਗਿਣਤੀ ਸੀ ਤੇ ਕਿਵੇਂ ਉਹਨਾਂ ਨੇ ਉਹਨਾਂ ਦੇ ਆਹੂ ਲਾਤੇ ਸੀਗੇ ਠੀਕ ਹੈ ਨਾ ਇਸ ਤਰ੍ਹਾਂ ਨੇ ਨੀਤੀ ਬਣਾਈ ਆ ਇੱਕ ਅਸੀਂ ਇੱਕ ਮਤਲਬ ਪਿਛਲੇ ਜਿਹੜੀਆਂ ਪੰਜਾਬ ਦੇ ਵਿੱਚ ਮੂਵਮੈਂਟਾਂ ਚੱਲਦੀਆਂ ਰਹੀਆਂ ਨਾ ਸਲਾਈਟ ਲਰ ਦੀ ਮੂਵਮੈਂਟ ਚੱਲਦੀ ਰਹੀ ਹੈ ਖਾਸਤਾਨ ਦੀ ਚੱਲਦੀ ਰਹੀ ਹੈ ਉਹ ਕਿਵੇਂ ਦਲੇਰੀ ਨਾਲ ਲੜਦੇ ਸੀਗੇ ਉਹਨਾਂ ਦੇ ਵਿੱਚੋਂ ਹੀ ਇਹ ਲੋਕ ਪੈਦਾ ਹੋਏ ਵੇ ਇਹਨਾਂ ਨੂੰ ਪਤਾ ਵੀ ਇਹੀ ਜੇ ਦਲੇਰੀ ਨਾਲ ਲੜਾਂਗੇ ਸੱਚਾਈ ਤੇ ਲੜਾਂਗੇ ਤਾਂ ਕੋ ਖਟਲਾਂਗੇ ਨਹੀਂ ਤਾਂ ਸਾਡੇ ਬੱਲੇ ਕੋਈ ਨਹੀਂ ਪੈਣਾਗਾ ਕਿਉਂ ਜੇ ਅਸੀਂ ਕਾਨੂੰਨਾਂ ਅੱਜ ਕਾਨੂੰਨ ਹਾਰ ਜਾਂਨੇ ਆ ਸਾਡੇ ਬੱਲੇ ਕੋਈ ਨਹੀਂ ਕਿਸਾਨ ਤਾਂ ਜੇ 5-7 ਸਾਲ ਜਿਉਂ ਬੂਗਾ ਪਰ ਸਾਡਾ ਜਿਹੜਾ ਮਜ਼ਦੂਰ ਵਰਗਾ ਇਹ ਕੁਛ ਦਿਨ ਨਹੀਂ ਜਿਉਂ ਸਕਦਾ ਕਿਉਂਕਿ ਅੱਜ ਤੁਸੀਂ ਵੇਖੋ ਸਰੋਂ ਦਾ ਤੇਲ ਦਾ ਕੀ ਭਾਅ ਹੈ ਰਿਫਾਈਨਡ ਦਾ ਕੀ ਭਾਅ ਹੈ ਸਿਲੰਡਰ 900 ਨੂੰ ਹੋ ਗਿਆ ਕੀ ਹਾਲ ਹੈ ਕਿਹੜਾ ਮੰਦਾ ਜਿਹੜਾ ਮਤਲਬ ਅੱਜ ਕੱਲ ਬੱਚਿਆਂ ਨੂੰ ਰੋਟੀ ਫਾਦੂ ਗਰਜਮੀ ਇਹੋ ਜਿਹੇ ਹਾਲਾਤ ਬਣੇ ਖੜੇ ਆ ਇਸ ਕਰਕੇ ਮਤਲਬ ਤਾਂ ਕਰਕੇ ਸੀ ਇਹ ਕਹਿੰਨੇ ਸਾਡਾ ਜਿਹੜਾ ਇੱਕ ਹੈ ਜੋ ਟੀਮ ਬਣਾਈ ਹੈ ਸਾਡਾ ਕੋਈ ਪੂਰੇ ਇਸ ਤਰ੍ਹਾਂ ਕੀਤਾ ਵਾ ਨਹੀਂ ਕੋਈ ਕੱਚੀ ਗੱਲ ਨਹੀਂ ਪੂਰਾ ਪਲ ਕਿਵੇਂ ਠੀਕ ਹੈ ਜਿਹੜਾ ਇਸ ਹਿੱਸੇ ਵੇਚੀ ਹੈ ਹਾਂ 250 ਰੁਪਏ ਤੇਲ ਕਿੱਥੋਂ ਲੈ ਲਵਾਂ ਕਿਲੋ ਇਹ ਤਾਂ ਇਹ ਪਤਾ ਹੀ ਹੈ ਹੁਣ ਨਹੀਂ ਜਿਹੜਾ ਇਹ ਬਾਈਕਾਰਡ ਦਾ ਪ੍ਰੋਗਰਾਮ ਹੈ ਇਹ ਤਾਂ ਸਹੀ ਹੈ ਸਾਡਾ ਅੱਛਾ ਹਾਂ ਹਾਂ ਜਮਾ ਆ ਦਿਓਗੇ ਇਹਨਾਂ ਦਾ ਸਾਰਾ ਜਮਾ ਸਾਥ ਨਾਲ ਜਮਾ ਨਾਲ ਆ ਸੀ ਹੋਟਲ ਸਾਡੇ ਮਤਲਬ ਮੀਨ ਮੋਢਾ ਜੀ ਮੋਢਾ ਸਾਡਾ ਬੰਦਾ ਹੈ ਨੰਬਰ ਦਾ ਆ ਰਿਹਾ ਪਿੰਡ ਦਾ ਇਹ ਨੰਬਰ ਦਾ ਆ ਰਿਹਾ ਪਿੰਡ ਦਾ ਮੋਢਾ ਜੀ ਨਾਲ ਖੜੇ ਆ ਸੀ ਮੋਢਾ ਜਮਾ 250 ਰੁਪਿਆ ਗਰੀਬ ਬੰਦਾ ਕਿੱਥੋਂ ਤੇਲ ਲੇ ਲੂਗਾ ਇਹ ਤਾਂ ਹੈਗਾ ਹਾਂ ਸਿਲੰਡਰ ਦਾ 1000 ਰੁਪਿਆ ਹਾਂ 1000 ਰੁਪਿਆ ਸਿਲੰਡਰ ਕਿੱਥੋਂ ਲੈ ਲੂਗਾ 40 ਅਖੰਡ ਹੋ ਗਈ ਘਰ ਦੀ ਰਸੋਈ ਦਾ ਕੰਮ ਬਹੁਤ ਮਹਿੰਗਾ ਸੀ ਤਾਂ ਬਹੁਤ ਬਹੁਤ ਕਿਵੇਂ ਦੇਖ ਦਿਓ ਅੱ ਜਿਹੜਾ ਵਿਰੋਧ ਕਰਨਾ ਵਿਰੋਧ ਕਰਨਾ ਠੀਕ ਹੈ ਵੀ ਵਿਰੋਧ ਕਰਨਾ ਚਾਹੀਦਾ ਹੈ ਗੱਲ ਜਾਇਜ਼ ਹੈ ਬਿਲਕੁਲ ਕਰਨਾ ਚਾਹੀਦਾ ਹੈ ਜੋ ਪਿੰਡ ਦੇ ਲੋਕਾਂ ਦਾ ਸਹਿਯੋਗ ਹੋਊਗਾ ਜਥੇਬੰਦੀਆਂ ਉਹੀ ਕਰਨੀਆਂ ਕੱਲੇ ਜੇ ਨਾ ਵੀ ਪਿੰਡ ਦੇ ਲੋਕ ਸਹਿਯੋਗ ਦੇਣਗੇ ਤਾਂ ਸਾਡੀਆਂ ਤਿੰਨੇ ਜਥੇਬੰਦੀਆਂ ਜਿਹੜੀਆਂ ਉਹ ਫੁੱਲ ਵਿਰੋਧ ਕਰਨੀਆਂ ਵਿਰੋਧ ਇਸ ਤਰ੍ਹਾਂ ਦਾ ਹੋਊਗਾ ਸ਼ਾਂਤਮਈ ਵਿਰੋਧ ਹੋਊਗਾ ਨਾ ਤਾਂ ਕਿਸੇ ਉਹਦੇ ਕੱਪੜੇ ਪਾੜਨੇ ਆ ਨਾ ਦੀ ਕੋਈ ਗੱਡੀ ਦੀ ਭੰਨ ਤੋੜ ਕਰਨੀ ਆ ਸਿਰਫ ਤੇ ਸਿਰਫ ਸਵਾਲ ਕਰਨੇ ਆ ਉਹਨੂੰ ਤੇ ਉਹਨੂੰ ਬਸ ਸਟੇਜ ਤੇ ਬੋਲਣ ਨਹੀਂ ਦਿੱਤਾ ਜਾਊਗਾ ਠੀਕ ਹੈ ਅਸੀਂ ਸਾਨੂੰ ਇਹ ਕਿਉਂ ਜਾਂਚਣਾ ਪਿਆ ਜਿਹੜੇ ਕੋਈ ਪਿਛਲੇ ਲੋਕ ਉਹ ਅਣਪੜ੍ਹਦੇ ਦੇ ਵਾਅਦੇ ਕਾਰਨ ਇਹਨਾਂ ਦੇ ਮਗਰ ਲੱਗੇ ਸੀਗੇ ਵੱਡੇ ਵੱਡੇ ਵਾਅਦੇ ਕਰਕੇ ਆਂਦੇ ਸੀਗੇ ਜਿਵੇਂ ਕੋਈ ਕੈਪਟਨ ਕਰਕੇ ਗਿਆ ਸੀਗਾ ਵੀ ਅਸੀਂ ਨਸ਼ੇ ਛਡਾਵਾਂਗੇ ਉਹਨੇ ਕਿੰਨੇ ਕੁ ਤਾਂ ਨਸ਼ੇ ਛਡਾਤੇ ਪੰਜਾਬ ਦੇ ਵਿੱਚੋਂ ਗੋਟਕਾ ਸਾਫ ਦੀ ਸੌਂ ਖਾਦੀ ਸੀਗੀ ਕਿੰਨੇ ਆਕ ਤਾਂ ਨੌਕਰੀ ਦੇਤੀ ਕਿੰਨੇ ਨੂੰ ਮੋਬਾਈਲ ਫੋਨ ਦੇਤੇ ਜੇ ਕੋਈ ਇੱਕ ਦੇ ਇੱਕ ਪਿੰਡ ਵਿੱਚ ਕੋਈ ਦੋ ਚਾਰ ਫੋਨ ਦੇ ਵੀ ਦਿੱਤੇ ਤਾਂ ਉਹਦੇ ਨਾਲ ਇਹ ਨਹੀਂ ਹੋ ਗਿਆਗਾ ਵੀ ਉਹਨੇ ਕੋਈ ਸਾਰੇ ਪੰਜਾਬ ਨੂੰ ਹਾਂ ਹਾਂ ਪੂਰਾ ਹੋ ਗਿਆ ਉਹ ਵਾਅਦੇ ਨਹੀਂ ਪੂਰੇ ਕਰੇ ਉਹ ਇਸੇ ਤਰ੍ਹਾਂ ਹੀ ਕਾਲੀ ਆ ਇਸੇ ਤਰ੍ਹਾਂ ਹੀ ਆਂਪ ਵਾਲੇ ਆਉਣੇ ਆ ਸਾਨੂੰ ਕਿਸੇ ਪਾਰਟੀ ਤੇ ਕੋਈ ਯਕੀਨ ਨਹੀਂ ਆ ਇਸ ਲਈ ਅਸੀਂ ਇਹ ਬੋਰਡ ਲਾਏ ਆ ਤੇ ਪਿੰਡ ਵਿੱਚੋਂ ਡਟ ਕੇ ਵਿਰੋਧ ਕਰਾਂਗੇ ਲੋਕਾਂ ਦੇ ਨਾਲ ਆ ਆਪਾਂ ਇਹ ਕਿਸਾਨ ਜਥੇਬੰਦੀਆਂ ਦੇ ਜਥੇਬੰਦੀਆਂ ਦੇ ਨਾਲ ਆ ਅਸੀਂ ਅਸੀਂ ਫੁੱਲ ਡਟ ਕੇ ਵਿਰੋਧ ਕਰਾਂਗੇ ਅਸੀਂ ਆਪ ਦਾ ਸਹੀ ਫੈਸਲਾ ਲਿਆ ਤਾਂ ਗੱਲਬਾਤ ਕੀਤੀ ਬੋਰਡ ਦੇ ਸਬੰਧ ਦੇ ਵਿੱਚ ਜਿਹੜੇ ਬੋਰਡ ਲੱਗੇ ਆ ਕਿਸਾਨ ਜਥੇਬੰਦੀਆਂ ਨੇ ਲਾਏ ਆ ਤਾਂ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਇਸਤੇ ਪਰਪੱਕ ਆਂ ਇਹ ਵੀ ਸਵਾਲ ਕੀਤਾ ਗਿਆ ਕਿ ਕਈ ਵਾਰ ਹੁੰਦਾ ਕਿ ਬੋਰਡ ਇੱਕ ਦੂਜੇ ਦੇ ਕਹਿਣ ਤੇ ਲਗਾਤਾਰ ਹੁੰਦਾ ਕਿ ਇਹ ਵਾਰ ਤਾਂ ਦੇ ਵਿੱਚ ਲਗਾ ਦਿੱਤਾ ਜਾਂਦਾ ਪਰ ਲੀਡਰ ਆਏ ਤੇ ਫਿਰ ਉਸ ਦੇ ਨਾਲ ਫੋਟੋਆਂ ਤੇ ਸੈਲਫੀਆਂ ਹੁੰਦੀਆਂ ਤਾਂ ਉਹਨਾਂ ਨੇ ਕਿਹਾ ਕਿ ਇਹ ਜਿਹੀ ਗੱਲ ਬਿਲਕੁਲ ਹੀ ਨਹੀਂ ਹੋਵੇਗੀ ਅਸੀਂ ਖੁਦ ਕਿਸੇ ਨਾ ਕਿਸੇ ਜਿਹੜੀ ਰਾਜਨੀਤਿਕ ਪਾਰਟੀ ਨਾਲ ਸੰਬੰਧਤ ਰਹੇ ਹਾਂ ਪਰ ਹੁਣ ਮੁੱਦਾ ਇਹ ਨਹੀਂ ਰਿਹਾ ਹੁਣ ਮੁੱਦਾ ਇਹ ਰਿਹਾ ਕਿ ਸਾਡੀ ਕਿਸਾਨੀ ਖਤਮ ਹੁੰਦੀ ਜਾ ਰਹੀ ਹੈ ਸਾਡੀ ਜਵਾਨੀ ਖਤਮ ਹੁੰਦੀ ਜਾ ਰਹੀ ਹੈ ਇਹਨਾਂ ਪਾਰਟੀਆਂ ਨੂੰ 74 ਸਾਲ ਹੋ ਗਏ ਆ ਸਾਨੂੰ ਲਗਾਤਾਰ ਲੁੱਟਦਿਆਂ ਨੂੰ ਤਾਂ ਹੁਣ ਇਹਨਾਂ ਦਾ ਡਟ ਕੇ ਵਿਰੋਧ ਕੀਤਾ ਜਾਊਗਾ ਜਦੋਂ ਵੀ ਕੋਈ ਲੀਡਰ ਪਿੰਡ ਦੇ ਵਿੱਚ ਆਊਗਾ ਸਾਡੀਆਂ ਕਮੇਟੀਆਂ ਬਣ ਚੁੱਕੀਆਂ 31 31 ਜਿਹੜੇ ਸਾਡੇ ਬੰਦੇ ਆ ਹਰ ਇੱਕ ਜਥੇਬੰਦੀ ਦੇ ਉਹ ਇੱਕੋ ਜਾਂਮ ਇਕੱਠੇ ਹੋ ਜਾ ਕਰਨਗੇ ਤੇ ਉਸ ਲੀਡਰ ਨੂੰ ਕਾਲੇ ਝੰਡੇ ਦਿਖਾ ਕੇ ਸ਼ਾਂਤ ਮਹਿ ਟੰਗ ਦੇ ਨਾਲ ਨਾ ਕੋਈ ਉਸਤੇ ਹਿੰਸਕ ਕਿਸੇ ਵੀ ਤਰੀਕੇ ਦਾ ਹਿੰਸਾ ਕੀਤੀ ਜਾਵੇਗੀ ਨਾ ਉਹਦੀ ਕੋਈ ਭੰਨ ਤੋੜ ਕੀਤੀ ਜਾਵੇਗੀ ਸਿਰਫ ਤੇ ਸ਼ਰਪ ਸ਼ਾਂਤ ਮਹਿ ਤਰੀਕੇ ਦੇ ਨਾਲ ਉਸ ਤੋਂ ਸਵਾਲ ਕੀਤੇ ਜਾਣਗੇ ਤੇ ਪਿੰਡ ਵਿੱਚ ਉਸ ਨੂੰ ਬੋਲਣ ਨਹੀਂ ਦਿੱਤਾ ਜਾਊਗਾ ਤਾਂ ਜਿਸ ਤਰੀਕੇ ਨਾਲ ਅਸੀਂ ਦੇਖ ਰਹੇ ਹਾਂ ਹਰ ਰੋਜ਼ ਸੋਸ਼ਲ ਮੀਡੀਆ ਦੇ ਉੱਤੇ ਕਿ ਜਗਾ ਜਗਾ ਲੀਡਰਾਂ ਦਾ ਵਿਰੋਧ ਹੋ ਰਿਹਾ ਤਾਂ ਇੱਕ ਪਿੰਡ ਹੋਰ ਉਸ ਵਿੱਚ ਜੁੜ ਚੁੱਕਿਆ ਜਿਸ ਨੇ ਪਹਿਲਾਂ ਹੀ ਕਿਹਾ ਸੀ ਤਾਂ ਕਿ ਆਪਣੀ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ ਉਹੀ ਵੜਿਓ ਜਿਹੜਾ ਸਾਡੇ ਸਵਾਲਾਂ ਦੀ ਤਾਪ ਝੜ ਸਕੇ ਜਿਹੜਾ ਸਾਡੇ ਰੋਹ ਦੀ ਤਾਪ ਝਲ ਸਕੇ ਉਹੀ ਸਾਡੇ ਪਿੰਡ ਦੇ ਵਿੱਚ ਦਾਖਲ ਹੋਵੇ ਕੈਮਰਾ ਪਰਸਨ ਹਮਤਾਜ ਢਿੱਲਾ ਦੇ ਨਾਲ ਮਨਿੰਦਰ ਜੀ ਸਿੱਧੂ ਲੋਕ ਵਾਇਸ ਟੀਵੀ ਫਰੀਦਕੋਟ